ਲਓ ਬਾਈ ਲੱਗ ਗਿਆ ਗਰਿਆਂ ਦਾ ਵੀ ਨੰਬਰ ਜਿਹੜੇ ਲੱਗੇ ਵੇ ਤੇ ਸਰੋਂ ਦੇ, ਅਤੇ ਬਾਈ ਹੜੰਬਾ ਦੇਖੋ ਕਿੰਨਾ ਫਿੱਟ ਆਇਆ, ਐਨ ਗਰੇ ਦੇ ਨਾਲੇ ਲਾ ਤਾ ਉੱਪਰ ਦੇ ਉੱਪਰ, ਨਾਲ ਦੀ ਨਾਲ ਕੰਮ ਚੱਲੀ ਜਾਂਦਾ ਆ ਦੇਖੋ। ਅਤੇ ਸਰੋਂ ਬਾਈ ਕੁਆਲਿਟੀ ਵਾਲੀ ਬਣ ਰਹੀ ਹੁਣ, ਇੱਧਰ ਸਾਡਾ ਲੰਬੜ। ਹੋਰ ਬਾਈ ਕੀ ਹਾਲ ਹੈ? ਕਣਕ ਦਾ ਕੰਮ ਕੱਕਣਾ ਨਿਬੜਨ ਵਾਲਾ ਹੈ ਨਾ? ਅੱਛਾ ਰਮੇਸ਼, ਮੈਂ ਹੁਣ ਇੱਕ ਦੋ ਤਿੰਨ ਦਿਨ ਦਾ ਦੇਖਦਾ ਏ, ਕਈ ਤੁਹਾਡੇ ਨਾਲ ਦੇ ਬੰਦੇ ਜਾਣ ਨੂੰ ਫਿਰਦੇ ਆ। ਕੱਲ ਮੈਂ ਦੋ ਨੂੰ ਪੁੱਛਿਆ ਕਾ ਤੇ ਕਹਿੰਦੇ ਸਾਡੇ ਵੀ ਮੱਕੀ ਪੱਕ ਗਈ। ਹਾਂ ਮੱਕੀ ਪੱਕੀ ਪਈ ਆ ਸਾਡੀ ਉੱਥੇ। ਹਾਂ ਕਹਿੰਦੇ ਵੀ ਅਸੀਂ ਵੀ ਆਪਣੀ ਫਸਲ ਦੇਖਣੀ ਜਾ ਕੇ। ਫਸਲ ਬਾਈ ਜਰੂਰ ਆਪਣੀ ਫਸਲ ਦੇਖ। ਤੁਹਾਡੇ ਵੀ ਉੱਥੇ ਮੱਕੀ ਪੱਕ ਗਈ ਹੈ ਨਾ? ਲੋ ਬਾਈ ਇੱਧਰ ਦਰਸ਼ਨ ਬਾਈ ਵੀ ਆ ਗਿਆ। ਤੁਹਾਡੇ ਵੀ ਕਈ ਬੰਦੇ ਨੇ ਬੀਜੀ ਵੀ ਹੋਣੀ ਉੱਥੇ ਆਏ ਦਾ? ਅੱਛਾ ਇਹਨਾਂ ਤਕਰੀਬਨ ਜੇ ਨਹੀਂ ਜ਼ਿਆਦਾ ਕੀਲਾ ਕੀਲਾ ਤਾਂ ਹੈਗੇ ਮੱਕੀ ਦਾ ਨਾ ਬਣਾ। ਹਾਂ ਇਹ ਮੱਕੀ ਵੱਢ ਕੇ ਉੱਥੇ ਜੀਰੀ ਕੇ ਦਾਲ ਦੂਲ ਬੀਜ ਕੇ ਆਉਣੀ ਬਸ? ਜੀਰੀ ਓ ਲੱਗੂ। ਅੱਛਾ ਜੀਰੀ ਫਿਰ ਸਾਤੇ ਬਾਅਦ ਲਾਉਂਦੇ ਕਿ ਪਹਿਲਾਂ ਲਾ ਦੇਣੀ? ਬਾਈ ਨਾਲ ਦੇ ਹੀ ਲੱਗ ਜਾਂਦੇ ਸਾਤੇ ਲੱਗੇ ਪਿੱਛੇ। ਅੱਛਾ ਠੀਕ ਹੈ। ਲੋ ਬਾਈ ਇਹਨਾਂ ਦੀ ਵੀ ਬਾਈ ਫਸਲ ਹੋਈ ਜਾਂਦੀ, ਅਤੇ ਟਰੈਕਟਰ ਵੀ ਲੱਗਿਆ ਬੈਕ ਆਉਣ ਇਹੀ ਚੱਲੀ ਜਾਂਦੀ ਹੈ ਬਾਈ। ਇੱਕ ਉਹ ਆ ਗਈ ਬਾਈ ਮਰਸਡੀਜ, ਤੁਹਾਨੂੰ ਪਤਾ ਪੰਜਾਬੀਆਂ ਦੀ। ਇੱਧਰ ਪਾਣੀ ਲੱਗ ਰਿਹਾ ਵਿੱਚੇ ਵਿੱਚ ਗੰਨੇ ਨੂੰ। ਉਹ ਆ ਗਈ ਬਾਈ ਪੰਜਾਬੀਆਂ ਦੀ ਮਰਸਡੀਜ, ਸੁਬਹਾ ਸੁਬਹਾ ਦਾ ਟਾਈਮ ਹੈ ਕੱਖਾਂ ਨੂੰ। ਆ ਜਾ ਲਾਲੂ ਆ ਜਾ। ਆਹ ਬਾਈ ਸਾਡਾ ਬੰਦਾ ਪਾਣੀ ਲੱਗਿਆ ਹੁਣ। ਬੋਲ ਤਾਂ ਡਰਦਾ ਬਾਈ। ਸਟੈਰਿੰਗ ਵਿੰਗਾ ਹੋ ਗਿਆ ਤਾ ਥੋੜਾ ਜਿਹਾ, ਸਟੈਰਿੰਗ ਵਿੰਗਾ ਤਾ ਲੰਘ ਗਿਆ ਸਿਆਣਾ ਬੋਲਦਾ। ਲੋ ਬਾਈ ਰੇੜੇ ਦੇ ਪਿੱਛੇ ਵੀ ਮਹਲ ਲਿਖਿਆ ਹੋਇਆ ਮਹਲ, ਉਹ ਦੇਖੋ ਲੈ ਰੁਕ ਗਈ ਹਵਾ। ਆਹੇ ਬਾਈ ਸਰੋਂ ਅਤੇ ਬਾਕੀ ਚੱਲਦਾ ਕੰਮ ਦਿਖਾਉਂਦਾ ਤੁਹਾਨੂੰ। ਲੋ ਬਾਈ ਸਵੇਰ ਦੇ ਲੱਗੇ ਹੋਏ ਆ 8 ਵਜੇ ਦੇ, ਅਤੇ 12 ਵੱਜ ਚੁੱਕੇ ਆ। ਕੀਲੇ ਦੀ ਸਮਝ ਲਓ ਸਰੋਂ ਕੰਟਰੋਲ 'ਚ ਆ ਗਈ ਜੀ, ਕੱਢੋ ਕੀ ਗਰਾ ਲੱਗਿਆ ਪਤਾ। ਅਤੇ ਆ ਬਾਈ ਥੱਲੇ ਪਈ ਜਿਹੜੀਆਂ ਪੱਲੀਆਂ ਪੁੱਲੀਆਂ ਚੱਕ ਹੋ ਰਹੀਆਂ, ਦਾਣਾ ਇੱਕ ਨੰਬਰ ਬਣ ਗਿਆ ਤਾ ਜੀ ਐਨ। ਆਹ ਦੇਖੋ ਐਨ
ਕਾਲਾ ਸ਼ਾਹ ਬਣ ਗਿਆ ਤਾ ਦਾਣਾ। ਚਲੋ ਬਾਕੀ ਹੁਣ 20 ਮਿੰਟ ਦਾ ਕੰਮ ਰਹਿ ਗਿਆ ਜੀ। ਆ ਲਓ ਧੁੱਪ ਵੀ ਪੂਰੀ ਹੋ ਗਈ ਜੀ, ਹੁਣ ਨਾਲ ਦੀ ਨਾਲ ਚੱਲੀ ਜਾਂਦਾ ਕੰਮ। ਚਲੋ ਲਓ ਬਾਈ, ਸੁਬਹਾ ਸੁਬਹਾ ਦਾ ਟਾਈਮ, ਬਹੁਤ ਵਧੀਆ ਮਿੱਠੀ ਮਿੱਠੀ ਹਵਾ ਚੱਲ ਰਹੀ ਅਤੇ ਮੌਸਮ ਖਰਾਬ। ਪਹੁੰਚੇ ਵੇ ਜੀ ਮੰਡੀ ਸ਼੍ਰੀ ਚਮਕੌਰ ਸਾਹਿਬ, ਪਹਿਣਾ ਦੀ ਕਣਕ ਲੈ ਕੇ ਜੀ, ਅਤੇ ਇੱਧਰ ਮਾਸੜ ਜੀ ਖੜ੍ਹੇ, ਸਤਿ ਸ਼੍ਰੀ ਅਕਾਲ ਜੀ। ਅਤੇ ਬਾਈ ਉਹ ਬਾਈ ਇੱਧਰ ਸਬਜ਼ੀ ਮੰਡੀ ਲੱਗੀ ਵੀ ਹੈ, ਇਹ ਆ ਦੇਖੋ ਪਿਆ ਬਾਈ ਪੂਰਾ ਰਸ਼। ਅਤੇ ਬਾਈ ਕਣਕ ਲੈ ਕੇ ਪਹੁੰਚੇ ਵੇ ਦੁਬਾਰਾ ਤੋਂ, ਫਿਰ ਉਤਰ ਰਹੀ ਹੈ ਬਸ, ਸੀਜ਼ਨ ਹੈ ਜਿਹੜਾ ਸਮਾਪਤੀ ਵੱਲ ਜਾਂਦਾ ਹੋਇਆ। ਰਾਤ ਵੀ ਬਾਈ ਟਾਈਮ ਲੱਗ ਗਿਆ, 1:00 ਹੜੰਬਾਈ ਲੱਗਿਆ ਵਾ ਤਾਂ ਦੇਖੋ। ਕੋ ਬੰਦਾ ਪਹੁੰਚਿਆ ਹਲੇ, ਸੁਬਹਾ ਦਾ ਟਾਈਮ ਹੈ। ਚਲੋ ਬਾਕੀ ਮੌਸਮ ਬਾਈ ਬਹੁਤ ਵਧੀਆ ਹੋਇਆ ਵਾ ਹੁਣ, ਹੈ ਨਾ। ਆ ਦੇਖੋ ਹਲੇ ਬਾਈ ਬੰਦੇ ਉੱਠ ਰਹੇ ਆ ਉੱਪਰ ਤੇ, ਆਹ ਪਿਆ ਤਾ ਇੱਕ ਬਾਈ, ਇੱਕ ਇੱਥੇ ਪਿਆ ਤਾ, ਕਿਉਂਕਿ ਬੋਰੀਆਂ ਦੀ ਵੀ ਰਾਖੀ ਕਰਨੀ ਹੁੰਦੀ ਹੈ ਰਾਤ ਨੂੰ ਵੀ ਚੱਕ ਨਾ ਹੋ ਜਾਵੇ, ਇਹ ਵੀ ਇਹਨਾਂ ਦੀ ਜਿਹੜਾ ਹੁੰਦਾ ਲੰਬੜਦਾਰ ਇਹਨਾਂ ਦਾ ਭਰਾ ਭਰਤੀ ਤੋਂ ਬਾਅਦ ਉਹਦੇ ਜੁੰਮੇ ਹੁੰਦਾ ਜੀ ਕੰਮ ਸਾਰਾ ਦੇਖ ਰੇਖ ਦਾ, ਜਦੋਂ ਤੱਕ ਗੱਡੀ 'ਚ ਲੋਡ ਨਹੀਂ ਹੁੰਦੀ। ਗੱਡੀਆਂ ਵੀ ਖੜੀਆਂ ਬਾਈ ਲੋਡ ਹੋਣ ਵਾਲੀਆਂ ਵਿੱਚੇ ਵਿੱਚ। ਹਲੋ ਗਰਦਾ ਨਾਲ ਦੀ ਨਾਲ ਹਵਾ ਦੇ ਵਿੱਚ ਉੜੀ ਜਾਂਦਾ ਜੀ। ਟਾਕੀ ਵੀ ਖੋਲੀ, ਟਾਕੀ ਖੋਲਣ ਦੀ ਵੀ ਕੋਸ਼ਿਸ਼ ਕਰੀ ਹੈ, ਪਰ ਕਿੱਥੇ ਖੁੱਲਦੀ ਹੈ ਬਾਈ। ਬਾਕੀ ਚੱਲ ਰਿਹਾ ਕੰਮ ਵਧੀਆ। ਚਮਕੌਰ ਸਾਹਿਬ ਮੰਡੀ ਹੈ ਜੀ ਇਹ, ਸ਼੍ਰੀ ਚਮਕੌਰ ਸਾਹਿਬ। ਹਲੋ ਲਓ ਬਾਈ, ਟਰਾਲਾ ਘੁਮਾ ਕੇ ਲਾਉਣਾ ਪਿਆ ਪਿੱਛੇ ਨੂੰ ਉਤਰਦੇ ਨੇ, ਕਹਿੰਦਾ ਟਾਕੀ ਖੋਲਣੀ ਹੈ, ਸੁਬਹ ਟਾਕੀ ਲਾਤੀ ਇੱਧਰ ਨੂੰ ਕਰਕੇ। ਲਓ ਬਾਈ ਵੱਜ ਗਿਆ ਟਰਾਲੇ 'ਚ ਝਾੜੂ, ਅਤੇ ਹੋ ਗਿਆ ਕੰਮ ਪਹਿਲਾਂ, ਅਤੇ ਹੁਣ ਇੱਧਰ ਤਾਂ ਕੱਢਣਾ। ਪੱਲੜ ਵੀ ਬਣਤੇ ਬਾਈ ਉੱਪਰ, ਠੀਕ ਨਹੀਂ। ਆ ਹਵਾ ਨੇ ਤਰਪਾਲਾਂ ਬਾਈ ਸਦਾਈ ਕਰੀਆਂ ਪਈਆਂ, ਟੱਕ ਟੱਕ ਵੱਜਦੀਆਂ। ਚਲੋ ਆਪਣਾ ਟਰਾਲਾ ਅੱਜ ਤਾਂ ਮੰਡੀ ਦੇ ਵਿੱਚ, ਬਾਕੀ ਹਾਲ ਤੱਕ ਤਾਂ ਕੁਝ ਨਹੀਂ ਆਇਆ ਬਾਈ, ਅੱਖੇ ਵਿਹਲੇ ਵੂਹਲੇ ਹੀ ਖੜ੍ਹੇ ਆ। ਉਹ ਦੇਖੋ ਬਾਈ ਅਨਾਜ ਮੰਡੀ ਦੇ ਵਿੱਚ ਭੀੜ, ਲਓ ਜੀ ਸੁਬਹਾ ਸੁਬਹਾ ਦਾ ਟਾਈਮ ਹੈ, 1.5 ਘੰਟਾ ਹੋ ਗਿਆ ਲੱਗਿਆ ਨੂੰ। ਖਾਲ ਪਾਤੀ ਜੀ 1.5 ਕਿੱਲੇ ਦੀ, 2.5 ਕਿੱਲੇ ਵਿੱਚ ਬਣੀ 1.5 ਕਿੱਲੇ ਦੀ, ਉਹ ਵੀ ਤੁਹਾਨੂੰ ਦੱਸ ਦਿੰਦਾ ਵੀ ਕਿੱਕਣਾ ਬਣੀ ਹੈ। ਅਤੇ ਪਾਈਪਲਾਈਨ ਤੁਹਾਨੂੰ ਦੇਖੋ ਆ ਪਹੁੰਚ ਗਈ ਜੀ, ਜਿਹੜੀ ਪਿੰਡ 'ਤੇ ਸ਼ੁਰੂ ਹੋਈ ਸੀ 20 ਕਿੱਲਿਆਂ ਦੇ ਲਗਭਗ ਪਾਈਪਲਾਈਨ ਦੱਬ ਹੋਈ ਆ। ਇਹ ਵੀ ਤੁਹਾਨੂੰ ਸਮਾਪਤੀ ਦਿਖਾ ਦਿੰਦਾ ਵੀ ਕਿੱਥੇ ਹੋਈ ਆ ਕੇ, ਆ ਬਾਈ ਪਾਈਪਲਾਈਨ ਦੀ ਹੋਈ ਸਮਾਪਤੀ ਆ ਕੇ, ਆਹ ਬੂਟੇ ਵਾਲੇ ਖੇਤਾਂ 'ਚ ਪਹੁੰਚੀ ਹੈ। ਅਤੇ ਜਿਹੜੀ ਮੈਂ ਖਾਲ ਦਿਖਾਉਂਦਾ ਤੁਹਾਨੂੰ ਵੀ 2 ਘੰਟੇ ਹੋ ਗਏ 1.5 ਕਿੱਲੇ ਦੀ ਕੱਕਣਾ, ਆਹ ਦੇਖੋ ਵੀਰੇ ਬਾਈ ਉਰੇ ਤਿਰਛਾ ਖੇਤ ਹੈ, ਉਰੇ ਤਾਂ ਆਪਣੇ ਉਹ ਤਿਰਛੇ ਬਾਈ ਖੂੰਜੇ ਨੂੰ ਲੰਘ ਗਈ ਉੱਧਰ ਨੂੰ,
ਇਹ ਭਾਈ ਆ ਬਾਈ, ਆਪਾਂ ਨੇ ਇਹਦੇ ਉੱਪਰ ਖਾਲ ਸਾਰੀ ਉਹ JCB ਮਿੱਟੀ ਪਾ ਗਈ ਸੀ। ਖਾਲ ਪਾਉਣ ਦਾ ਵੀ ਤੁਹਾਨੂੰ ਮਕਸਦ ਦੱਸ ਦਿੰਦਾ ਹੈ, ਇਹਦੇ ਪਰ ਛੱਡਣਾ ਜੀ ਆਪਾਂ ਨੇ ਪਾਣੀ, ਵੀ ਮਿੱਟੀ ਦਬ ਜਾਵੇ ਅਤੇ ਕੈੜੀ ਹੋ ਜਾਵੇ। ਇਹ ਨਹੀਂ ਹੈਗਾ ਵੀਰੋ ਮਨ 'ਚ ਵੀ ਕਿਸੇ ਦੀ ਲੈਣ, ਕੰਮ ਪ੍ਰੋਪਰ ਸਾਨੂੰ ਐਂ ਵੀ ਸਾਡੇ ਟਰੈਕਟਰ ਨਾਲੇ ਵੀ ਕਿਤੇ ਨੁਕਸਾਨ ਨਾ ਪਹੁੰਚੇ ਇਹਨੂੰ ਖਾਲ ਨੂੰ। ਅਤੇ ਉਹ ਬਾਈ ਪਾਪਾ ਜੀ ਵੀ ਲੱਗੇ ਹੋਏ ਆ, ਆਹ ਭਾਈ ਮੇਰੀ ਕਹੀ, ਅਤੇ ਆਹ ਪਾਈ ਆ ਬਾਈ ਖਾਲ 2 ਘੰਟੇ ਲੱਗ ਗਏ ਇਹਨੂੰ, ਮਿੱਟੀ ਕਾਫੀ JCB ਨੇ ਜਿਹੜੀ ਆਪਾਂ ਢੇਰੀ ਲਾ ਦਿੱਤੀ ਤੀ। ਅਤੇ ਆਹ ਬਾਈ ਉਹ ਪਾਈਪ ਲਾਈਨ ਪਹੁੰਚੀ, ਅਤੇ ਇੱਥੇ ਤਾਂ ਆਹ ਦੇਖ ਲਓ ਆਪਣੀ ਪਾਰ ਵਾਲੀ ਮੋਟਰ ਬਾਈ, ਆ ਗਿਆ ਨੇਤਰ ਬਾਈ ਦਾ ਫਾਰਮ, ਉਹ ਚੱਲਦੀ ਆਪਣੀ ਮੋਟਰ, ਇਹ ਤੁਹਾਨੂੰ ਮੈਂ ਦਿਖਾ ਵੀ ਦਿੰਦਾ। ਉਹ ਦੇਖੋ ਬਾਈ ਰਾਜੂ ਬਾਈ ਰਹੀ ਇੱਥੇ, ਨੇਤਰ ਬਾਈ ਰਹੀ ਸਪਰੇਅ ਲੱਗੇ ਹੋਏ ਕਰਨ, ਅਤੇ ਉਰੇ ਆਈ ਹੈ ਪਿੰਡ 'ਤੇ ਬਾਈ ਲੈਣ ਪਹੀਓ ਪਹੀ, ਉਹ ਉੱਥੇ ਤਾਂ ਫਿਰ ਆਪਣੇ ਖੇਤ 'ਚ ਨੂੰ ਹੋ ਕੇ ਜੀ ਇੱਥੇ ਇਹਨਾਂ ਦੇ ਪਹੁੰਚ ਗਈ ਇੱਧਰ, ਅਤੇ ਉੱਧਰ ਪਿੰਡ ਵੀ ਦੇਖਿਆ ਤੁਸੀਂ ਵੀ ਸ਼ੁਰੂਆਤ ਵੀ ਆਪਣੇ ਖੇਤ 'ਚ ਨੂੰ ਹੋਈ ਹੈ, ਅਤੇ ਇੱਧਰ ਸਮਾਪਤੀ ਵੀ ਆਪਣੇ ਖੇਤ 'ਚ ਨੂੰ ਹੋਈ ਹੈ। ਅਤੇ ਪਾਪਾ ਜੀ ਵੀ ਬਾਈ ਲੱਗੇ ਹੋਏ ਨਾਲ ਦੀ ਨਾਲ, ਆਪਣੀ ਚਾਹ ਪਹੁੰਚ ਗਈ ਤੀ ਖੇਤ ਦੇ ਵਿੱਚ। ਬਾਪੂ ਆ ਜਿਹੜਾ ਥੋੜ੍ਹਾ ਜਿਹਾ ਲੇਟ ਆਇਆ ਜੀ, ਇਹ ਘੁੰਮਣ ਲੰਘ ਜਾਂਦੇ ਆ, ਅਤੇ ਆਉਂਦਾ ਹੋਇਆ ਬਾਈ ਬਾਪੂ ਆਪਣੀ ਲਿਆਇਆ ਤਾਂ ਚਾਹ ਨਾਲ, ਸਮਝ ਲਓ ਵੀ ਅੱਧਾ 20 ਮਿੰਟ ਸਮਝ ਲਓ ਵੀ ਮੈਂ ਬਾਪੂ ਦੇ ਪਹਿਲਾਂ ਆ ਗਿਆ। ਸੋ ਇਸ ਕਰਕੇ ਆ ਲਓ ਆਹੇ ਬਾਈ ਖਾ, ਆਹ ਪਿਆ ਆਪਣਾ ਡੋਲਾ ਚਾਹ ਵਾਲਾ, ਦੇਖੋ ਦੇਖਣਾ ਬਾਈ ਖਾਲ ਪਾਤੀ ਸਾਰੇ ਪਰੇ, ਉੱਥੇ ਆਪਣਾ ਨੱਕਾ ਉੱਥੇ, ਤਾਂ ਆਪਾਂ ਨੇ ਹੁਣ ਪਾਣੀ ਪਾਉਣਾ ਇਹਦੇ ਵਿੱਚ, ਮਿੱਟੀ ਐਂ ਦੱਬ ਜਾਂਦੀ ਜੀ, ਪਿੰਡ ਵੀ ਕੱਲ੍ਹ ਕੰਮ ਕਰਿਆ। ਆਹ ਦੇਖੋ ਬਾਈ ਆਹ ਖਾਲ ਲੱਗ ਗਈ ਬਣ, ਇੱਥੇ ਉਹ ਨੱਕੇ 'ਤੇ ਖਾਲ ਬਣਾ ਲਈ ਆਪਾਂ ਨੇ। ਆਖੜੀ ਬਾਈ ਬਾਪੂ ਦੀ ਗੱਡੀ, ਹਾਂ ਜੀ ਚੱਲ ਰਿਹਾ ਪ੍ਰੋਸੈਸ, ਹੋਰ ਮੋਟਰ ਉੱਧਰ ਨੂੰ ਚੱਲਦੀ, ਚਾਹੇ ਚੱਲ ਅੱਧੇ ਘੰਟੇ ਤੱਕ ਪਾਣੀ ਛੱਡੋ ਜੀ, ਤਾਂ ਚੱਲ ਬੰਦ ਕਰ ਲਈ ਰਾਜੂ ਨੂੰ ਛੱਡ ਲਈ, ਤਾਂ ਸਾਰਾ ਗੱਡੀ ਚੱਲਣੀ 10 ਮਿੰਟ ਚਲਾ ਲਾਂਗੇ ਇੱਧਰ ਵਿੱਚ ਨੂੰ। ਆਹੋ ਵੀ ਹੈ, ਲੈ ਬਾਈ ਐਂ ਨੱਕੇ 'ਤੇ ਜਾਣਾ ਜੀ ਪਾਣੀ, ਇੱਥੇ ਖਾਲੇ ਖਾਲ। ਚਲੋ ਬਾਕੀ ਸੁਬਹਾ ਦਾ ਟਾਈਮ ਆ ਬਾਈ, ਲਓ ਬਾਈ ਆ ਗਿਆ ਪਾਣੀ ਜਿਹਨੂੰ ਕਹਿੰਦੇ ਆ, ਦੇਖੋ ਥਾਂ ਖਤਮ, ਹਾਲਾ ਥਾਂ ਬਾਈ ਪਾਣੀ ਪਈ ਜਾਂਦਾ। ਆਹ ਦੇਖੋ ਇੱਕ ਨਾ ਵਿੱਚ ਰਚੀ ਜਾਂਦਾ ਬਾਈ, ਹੁਣ ਭਰ ਜਾਣੀ ਉਹ ਦੇਖੋ ਖਾਲੀ ਚੱਲਦਾ ਉਹਦੇ ਭਰ ਕੇ, ਆਹ ਮਿੱਟੀ ਗਈ ਬਾਈ ਦਾ। ਉਹ ਥਾਂ ਪਾਣੀ ਪਈ ਜਾਂਦਾ, ਖਾਲੀ ਹੁੰਦਾ ਬਾਈ ਥੱਲੇ, JCB ਪਾ ਤਾਂ ਦਿੰਦੀ ਹੈ। ਆਹ ਦੇਖੋ ਲਓ ਬਾਈ ਚੱਲ, ਆਹ ਦੇਖੋ ਪਾਣੀ ਕਿੰਨਾ ਪਾਣੀ ਆ ਰਿਹਾ, ਫਿਰ ਵੀ ਨਾਲ ਦੀ ਨਾਲ ਥਾਂ ਪਈ ਜਾਂਦਾ ਜੀ ਪਾਣੀ। ਉੱਧਰ ਤਾਂ ਚੱਲ ਪਿਆ ਬਾਈ ਪੂਰਾ ਪਾਣੀ, ਹੁਣ ਤੁਰੂਗਾ ਮਾੜਾ ਮੋਟਾ, ਹੌਲੀ 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 ਚੱਲ ਪਿਆ ਗਾ। ਕਣੇ ਬਾਈ ਸਾਰੀ ਖਾਲ ਇੱਕ ਨਹੀਂ ਭਰਨੀ ਹੈ, ਹੌਲੀ ਹੌਲੀ ਤੁਰਦਾ ਹੀ ਨਹੀਂ ਪਾਣੀ, ਇੱਥੇ ਤਾਂ ਆ ਰਿਹਾ ਸਪੀਡ ਨਾਲ। ਲਓ ਬਾਈ ਉਰੇ ਪਾਣੀ ਪਹੁੰਚ ਗਿਆ, ਪਾਣੀ ਫਿਰ ਤਾਂ ਉਹ ਇੱਥੇ ਪਹੁੰਚ ਗਿਆ, ਨਿਸ਼ਾਨੀਆਂ ਮਿੱਟੀ ਗਿਰਦੀ ਆ ਦੇਖੋ ਹੌਲੀ ਹੌਲੀ, ਹੇਠਾਂ ਹੀ ਹੇਠਾਂ ਪਾਣੀ ਬਾਈ 10 ਫੁੱਟ ਅੱਗੇ ਪਾਣੀ ਪਹੁੰਚ ਗਿਆ ਪੂਰਾ, ਹੁਣ ਵਿੱਚ ਵੜ ਨਹੀਂ ਸਕਦੇ ਇਹਦੇ। ਆਹ ਦੇਖੋ ਪੱਥਰ ਵੀ ਗਿਰੇ ਉੱਪਰ 'ਤੇ, ਆਹ ਮਿੱਟੀ ਗਿਰਨ ਦੀ ਬਾਈ ਨਿਸ਼ਾਨੀ ਜਿਹੜੀ,
ਅਲੱਗ ਹੀ ਤਾਂ ਬਣਾ ਦੇਖੋ, ਇੱਥੇ ਤਾਂ ਟੋਆ ਆ ਗਿਆ ਪਾਣੀ ਬਾਈ, ਇਹ ਆਹ ਦੇਖੋ ਦਿਖਦਾ ਪਾਣੀ, ਪਾਣੀ ਫਿਰਦਾ ਹਲੇ ਉਹ ਪਿੱਛੇ, ਇੱਥੇ ਤਾਂ ਆਹ ਪਾਣੀ ਆ ਰਿਹਾ ਹੇਠਾਂ ਹੀ ਹੇਠਾਂ, ਇੱਥੇ ਪਹੁੰਚ ਗਿਆ ਬਾਈ ਪਾਣੀ, ਹੈ ਨਾ ਪੂਰਾ ਪਤਾ ਲੱਗਦਾ।